ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਸਰ ਦੀਵਾਲੀ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੀਵਾਲੀ ਦੀ ਸਭ ਤੋਂ ਪਹਿਲੇ ਸ਼ਹਿਰ ਵਾਸੀਆਂ ਮੈਂ ਸਬ ਇੰਸਪੈਕਟਰ ਅਜੀਤ ਕੁਮਾਰ ਚੌਂਕੀ ਚੜ੍ਹਦੁਗਾਨਾ ਮਤਲਬ ਸ਼ਹਿਰ ਵਾਸੀਆਂ ਨੂੰ ਵਧਾਈ ਦੇ ਨਾਲ ਅਗਲਾ ਖਾਸ ਅਤੇ ਪਬਲਿਕ ਅੱਗੇ ਇੱਕ ਰਿਕੁਐਸਟ ਕਰਦਾ ਵਾ ਵੀ ਇਸ ਦੀਵਾਲੀ ਨੂੰ ਜਿਹੜਾ ਇੱਕ ਗਰੀਨ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਵੇ ਪਟਾਕੇ ਦੀ ਵਰਤੋਂ ਘੱਟ ਕੀਤੀ ਜਾਏ ਅਤੇ ਇਨਵਾਇਰਮੈਂਟ ਸਾਫ਼ ਰੱਖਿਆ ਜਾਵੇ ਸਰਸ਼ਨ ਸਾਹਿਬ ਦੇ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਇਹਨੂੰ ਬਿਨ ਜੀ ਪਟਾਕਿਆਂ ਦੀ ਕਿਤੇ ਵੀ ਵਰਤੋਂ ਜਾਂ ਦੁਕਾਨ ਲੱਗਣ ਤੋਂ ਉਹਨਾਂ ਦੇ ਖਿਲਾਫ਼ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾ ਰਹੀ ਹੈ ਜੀ जी सब तो पहले तो देशवासियों ते पंजाब वासियों दिवाली दियाँ अते बंदी छोड़ दिवस दियाँ बहुत लख लख मुबारक हो। बाकी दिवाली के संबंध में मैं आम पब्लिक को अपील करदा कि वो ग्रीन दिवाली मना जिहड़े पटाके ने उन्हां तों परहेज करन सुरक्षित दिवाली मना। आम तो जी ट्रैफिक की समस्या वास्ते जी साड़ी ट्रैफिक पुलिस साडा थाने की पुलिस जी पुरजोर जी इस लगी हुई है कि आम जनता को ट्रैफिक के संबंधी कोई भी समस्या पेश ना आए ता जो हर व्यक्ति जरा दिवाली का त्यौहार जरा वा अपने खुशी खुशी मना सके।